ਲੋਕ ਕਹਿੰਦੇ ਹਨ ਕਿ ਸਾਧੂ ਉਹ ਹੈ ਜੋ ਠੀਕ ਕਰਦਾ ਹੈ ਜੋ ਠੀਕ ਠੀਕ ਕਰਦਾ ਹੈ ਸਾਰੇ ਕੰਮ ਜਿਹਦਾ ਸਾਰਾ ਵਤੀਰਾ ਸਹੀ ਹੈ ਉਹ ਸਾਧੂ ਹੈ ਮੈਂ ਨਹੀਂ ਕਹਿੰਦਾ ਮੈਂ ਤੇ ਕਹਿੰਦਾ ਸਾਧੂ ਜੋ ਕਰਦਾ ਹੈ ਉਹੀ ਸਹੀ ਵਤੀਰਾ ਹੈ ਉਹੀ ਸਹੀ ਸਹੀ ਵਤੀਰਾ ਹੈ ਵਤੀਰੇ ਤੋਂ ਕੋਈ ਸਾਧੂ ਨਹੀਂ ਹੁੰਦਾ ਸਾਧੂ ਤੋਂ ਵਤੀਰਾ ਜਨਮਦਾ ਹੈ ਆਚਰਨ ਤਾਂ ਤੁਸੀਂ ਠੀਕ ਠੀਕ ਕਰ ਸਕਦੇ ਹੋ ਬਿਲਕੁਲ ਰਾਮ ਵਰਗਾ ਪਰ ਤੁਸੀਂ ਰਾਮ ਨਹੀਂ ਹੋ ਜਾਓਗੇ ਤੁਸੀਂ ਵੱਧ ਤੋਂ ਵੱਧ ਰਾਮਲੀਲਾ ਦੇ ਰਾਮ ਰਹੋਗੇ ਇਹੀ ਤਾਂ ਬੇਚੈਨੀ ਹੈ ਇੰਨੇ ਸਾਧੂ ਸੰਤ ਹਨ ਇੰਨੇ ਰਾਮ ਕ੍ਰਿਸ਼ਨ ਚਾਰੇ ਪਾਸੇ ਮੌਜੂਦ ਹਨ ਉਹਨਾਂ ਵਿੱਚ ਜ਼ਿਆਦਾਤਰ ਅਭਿਨੇਤਾ ਹਨ ਉਹਨਾਂ ਦਾ ਮੰਚ ਵੱਡਾ ਹੈ ਉਹ ਕਿਸੇ ਥੀਏਟਰ 'ਚ ਕੰਮ ਨਹੀਂ ਕਰ ਰਹੇ ਹਨ ਲੇਕਿਨ ਥੀਏਟਰ ਵਿੱਚ ਹਨ ਆਚਰਨ ਸਭ ਕੁਝ ਹੈ ਅੰਦਰ ਉਹ ਵੀ ਪਰੇਸ਼ਾਨ ਹੈ ਸਾਧ ਲਿਆ ਹੈ ਸਭ ਜਿਵੇਂ ਤੋਤੇ ਨੇ ਜ਼ਬਾਨੀ ਯਾਦ ਕਰ ਲਿਆ ਹੋਵੇ ਧੰਨਵਾਦ